ਹਾਂਜੀ ਪਿਆਰੇ ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਲੇਖ ਕਰਾਂਗੇ ਦੇਸ਼ ਭਗਤੀ ਜਾਂ ਦੇਸ਼ ਪਿਆਰ ਇਸ ਨੂੰ ਆਪਾਂ ਸ਼ੁਰੂ ਕਰਦੇ ਹਾਂ ਦੇਸ਼ ਪਿਆਰ ਦੇ ਅਰਥ ਦੇਸ਼ ਪਿਆਰ ਦਾ ਅਰਥ ਹੈ ਆਪਣੇ ਦੇਸ਼ ਦੇ ਲੋਕਾਂ ਦੇਸ਼ ਦੀ ਮਿੱਟੀ ਦੇਸ਼ ਦੇ ਪਹਾੜਾਂ ਦਰਿਆਵਾਂ ਸੱਭਿਆਚਾਰ ਅਤੇ ਮਾਂ ਬੋਲੀ ਨੂੰ ਪਿਆਰ ਕਰਨਾ ਦੇਸ਼ ਦੀ ਹਰ ਪੱਖ ਤੋਂ ਉન્નਤੀ ਹਰ ਪੱਖ ਤੋਂ ਖੁਸ਼ਹਾਲੀ ਲਈ ਕੰਮ ਕਰਨਾ ਦੇਸ਼ ਦੀਆਂ ਲੋੜਾਂ ਵੱਲ ਧਿਆਨ ਦੇਣਾ ਅਤੇ ਲੋੜ ਪੈਣ ਉੱਤੇ ਦੇਸ਼ ਉੱਤੇ ਆਪਣਾ ਤਨ ਮਨ ਧਨ ਕੁਰਬਾਨ ਕਰ ਦੇਣਾ ਦੇਸ਼ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀ ਦੇਸ਼ ਦੀ ਮਿੱਟੀ ਦੇ ਕਿਣਕੇ ਕਿਣਕੇ ਨੂੰ ਸ਼ਾਹੀ ਮੈਦਾਨਾਂ ਨਾਲੋਂ ਵੱਧ ਪਿਆਰ ਕਰਦਾ ਹੈ ਤੇ ਉਸ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਲਈ ਤਿਆਰ ਰਹਿੰਦਾ ਹੈ ਕੁਦਰਤੀ ਜਜ਼ਬਾ ਆਪਣੀ ਮਾਤਭੂਮੀ ਜਾਂ ਆਪਣੇ ਦੇਸ਼ ਨਾਲ ਪਿਆਰ ਦਾ ਜਜ਼ਬਾ ਕੇਵਲ ਮਨੁੱਖਾਂ ਵਿੱਚ ਹੀ ਨਹੀਂ ਸਗੋਂ ਜੀਵ ਜੰਤੂਆਂ ਵਿੱਚ ਵੀ ਹੈ ਜਿੱਥੇ ਕੋਈ ਜੀਵ ਜੰਤੂ ਰਹਿੰਦਾ ਹੈ ਉਥੋਂ ਦੇ ਆਲੇ-ਦੁਆਲੇ ਵਿੱਚ ਜਿੱਥੋਂ ਦੇ ਆਲੇ-ਦੁਆਲੇ ਵਿੱਚ ਉਹ ਭੋਜਨ ਖਾਂਦਾ ਹੈ ਤੇ ਪਾਣੀ ਪੀਂਦਾ ਹੈ ਉੱਥੇ ਉਹ ਘਰ ਬਣਾ ਕੇ ਜਿੱਥੇ ਉਹ ਘਰ ਬਣਾ ਕੇ ਰਹਿੰਦਾ ਹੈ ਉਸ ਜਗ੍ਹਾ ਨਾਲ ਉਸ ਦਾ ਕੁਦਰਤੀ ਤੌਰ ਤੇ ਪਿਆਰ ਹੁੰਦਾ ਹੈ ਪਸ਼ੂ ਪੰਛੀ ਆਪਣੇ ਭੋਜਨ ਦੀ ਭਾਲ ਵਿੱਚ ਆਪਣੇ ਘਰਾਂ ਤੋਂ ਬਹੁਤ ਦੂਰ ਨਿਕਲ ਜਾਂਦੇ ਹਨ ਪਰ ਸ਼ਾਮੀ ਉਹ ਘਰ ਵਿੱਚ ਆ ਕੇ ਸਾਹ ਲੈਂਦੇ ਹਨ ਇਸੇ ਪ੍ਰਕਾਰ ਹੀ ਮਾਤ ਭੂਮੀ ਨੂੰ ਪਿਆਰ ਕਰਨ ਦਾ ਜਜ਼ਬਾ ਹਰ ਵਿਅਕਤੀ ਵਿੱਚ ਕੁਦਰਤੀ ਹੀ ਹੁੰਦਾ ਹੈ ਜਿਸ ਪ੍ਰਕਾਰ ਦੀ ਮਿੱਟੀ ਤੋਂ ਅਸੀਂ ਪੈਦਾ ਹੋਏ ਹਾਂ ਜਿਸ ਦਾ ਦੁੱਧ ਪੀ ਪੀ ਕੇ ਅਤੇ ਅੰਨ ਖਾ ਖਾ ਕੇ ਪਲੇ ਹਾਂ ਉਸ ਨੂੰ ਸਭਾਬ ਕਹੀ ਪਿਆਰ ਕਰਦੇ ਹਾਂ ਜਿਸ ਇਨਸਾਨ ਵਿੱਚ ਦੇਸ਼ ਪਿਆਰ ਦਾ ਜज्ਬਾ ਨਹੀਂ ਉਹ ਗਦਾਰ ਅਣਖਹੀਣ ਅਤੇ ਮਰਦਾ ਹੈ ਦੇਸ਼ ਦੀ ਹਾਲਤ ਦਾ ਸਾਡੇ ਜੀਵਨ ਉੱਤੇ ਅਸਰ ਸਾਡੇ ਦੇਸ਼ ਦੀ ਹਾਲਤ ਦਾ ਸਾਡੇ ਜੀਵਨ ਉੱਤੇ ਡੂੰਗਾ ਅਸਰ ਪੈਂਦਾ ਹੈ ਜੇਕਰ ਸਾਡਾ ਦੇਸ਼ ਖੁਸ਼ਹਾਲ ਹੈ ਤਾਂ ਅਸੀਂ ਵੀ ਖੁਸ਼ਹਾਲ ਹੁੰਦੇ ਹਾਂ ਜੇਕਰ ਸਾਡਾ ਦੇਸ਼ ਕਿਸੇ ਸੰਕਟ ਵਿੱਚ ਹੈ ਤਾਂ ਅਸੀਂ ਪਹਿਲਾਂ ਸੰਕਟ ਵਿੱਚ ਹੁੰਦੇ ਹਾਂ ਸਾਡਾ ਦੁੱਖ ਸੁੱਖ ਖੁਸ਼ੀ ਗਮੀ ਸਭ ਕੁਝ ਦੇਸ਼ ਨਾਲ ਹੀ ਵੱਜਾ ਪਿਆ ਹੈ ਇਸ ਲਈ ਹਰ ਦੇਸ਼ ਵਾਸੀ ਲਈ ਦੇਸ਼ ਪਿਆਰ ਵਿੱਚ ਇੱਕ ਜ਼ਰੂਰੀ ਚੀਜ਼ ਹੈ ਦੇਸ਼ ਨੂੰ ਪਿਆਰ ਕਰਨ ਵਾਲਾ ਮਨੁੱਖ ਦਾ ਨਿੱਜੀ ਕਰਤੱਵ ਹੈ ਇਸ ਅਤੇ ਇਸ ਵਿੱਚ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਭਲਾ ਤੇ ਉਸ ਦੀ ਸੰਪਤੀ ਦਾ ਬਚਾਅ ਹੈ ਦੇਸ਼ ਭਗਤੀ ਦੀ ਲੋੜ ਜਿਸ ਦੇਸ਼ ਵਿੱਚ ਦੇਸ਼ ਦੇ ਲੋਕਾਂ ਵਿੱਚ ਦੇਸ਼ ਭਗਤੀ ਨਹੀਂ ਉਹ ਹਮੇਸ਼ਾ ਜੰਜੀਰਾਂ ਵਿੱਚ ਜਕੜੇ ਰਹਿੰਦੇ ਹਨ ਇਹ ਗੁਲਾਮੀ ਰਾਜਨੀਤਿਕ ਵੀ ਹੋ ਸਕਦੀ ਹੈ ਅਤੇ ਆਰਥਿਕ ਵੀ ਹੋ ਸਕਦੀ ਹੈ ਪਰ ਦੇਸ਼ ਭਗਤ ਇਸ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਲਈ ਕੋਲ ਕਰਦੇ ਹਨ ਕੈਦਾਂ ਕੱਟਦੇ ਹਨ ਤੇ ਫਾਂਸੀਆਂ ਦੇ ਰਸਤੇ ਚੁੰਮਦੇ ਹਨ ਦੇਸ਼ ਪਿਆਰ ਦੇ ਜਜ਼ਵੇ ਨੇ ਹੀ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਸੀ ਤੇ ਸੈਂਕੜੇ ਹਿੰਦਿਆ ਹਿੰਦੂਆਂ ਨੇ ਹਿੰਦਿਆ ਤੇ ਹਸ ਹਸ ਕੇ ਸਾਮਰਾਜ ਦੀਆਂ ਕੈਦਾਂ ਭੁਗਤੀਆਂ ਫਾਂਸੀਆਂ ਛੁੱਟੀਆਂ ਤੇ ਦੁੱਖ ਸਹਾਰੇ ਦੇਸ਼ ਭਗਤੀ ਦੀਆਂ ਭਾਵ ਦੇਸ਼ ਭਗਤੀ ਦੀ ਪਾਵਨਾ ਤੋਂ ਬਿਨਾ ਕੋਈ ਕੰਮ ਆਪਣੇ ਦੇਸ਼ ਦੀ ਕਿਸੇ ਕਾਰ ਦੀ ਉન્નਤੀ ਨਹੀਂ ਕਰ ਸਕਦਾ ਕਿਸੇ ਪ੍ਰਕਾਰ ਦੀ ਉન્નਤੀ ਨਹੀਂ ਕਰ ਸਕਦਾ ਦੇਸ਼ ਬਾੜ ਦਾ ਦੇਸ਼ ਭਗਤਾਂ ਦੇ ਕਾਰਨਾਮਿਆਂ ਨਾਲ ਭਰਪੂਰ ਇਤਿਹਾਸ ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਜਦੋਂ ਬਾਬਰ ਨੇ ਪਾਰਤ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਫੌਜ ਦੁਆਰਾ ਕੀਤੀ ਗਈ ਲੁੱਟ ਖਸੁੱਟ ਤੇ ਇਸਤਰੀਆਂ ਦੀ ਬਿਆਵਤੀ ਦੇ ਵਿਰੁੱਧ ਕਰੜੀ ਆਵਾਜ਼ ਉਠਾਈ ਇਸ ਦੇ ਵਿਰੁੱਧ ਰੱਬ ਕੋਲ ਰੋਸ ਪ੍ਰਗਟ ਕੀਤਾ ਤੇ ਕਿਹਾ ਖੁਰਾਸਾਨ ਖਸਮਾਨਾ ਕੀਆਂ ਹਿੰਦੁਸਤਾਨ ਡਰਾਇਆ ਐਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦਨਾ ਆਇਆ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਦੇਸ਼ ਪਿਆਰ ਦੇ ਜਜ਼ਵੇ ਅਧੀਨ ਭਾਰਤੀ ਕੌਮ ਤੇ ਧਰਮ ਦੀ ਰੱਖਿਆ ਲਈ ਹਕੂਮਤ ਜ਼ਬਰ ਨੂੰ ਖਿੜੇ ਮੱਥੇ ਸਹਾਰਦੇ ਹੋਏ ਕੁਰਬਾਨੀਆਂ ਦਿੱਤੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਸਾਖਰ ਹਕੂਮਤ ਦੇ ਜ਼ਬਰ ਤੋਂ ਬਚਾਉਣ ਲਈ ਆਪਣੇ ਮਾਤਾ-ਪਿਤਾ ਦੀ ਕੁਰਬਾਨੀ ਦਿੱਤੀ, ਖਾਲਸਾ ਪੰਥ ਦੀ ਸਜਨ ਕੀਤੀ, ਆਪਣੇ ਬੱਚੇ ਹੀ ਸ਼ਹੀਦ ਕਰਵਾਏ ਤੇ ਹੋਰ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ ਤੇ ਕਸ਼ਟ ਸਹੇ। ਇਸੇ ਪ੍ਰਕਾਰ ਹੀ ਰਾਣਾ ਪ੍ਰਤਾਪ ਤੇ ਸ਼ਿਵਾਜੀ ਮਰਾਠਾ ਦੇ ਮੁਗਲ ਸ਼ਾਸਕਾਂ ਵਿਰੁੱਧ ਕੁਰਬਾਨੀਆਂ ਪਰ ਇਹ ਕੋਲ ਦੇਸ਼ ਪਿਆਰ ਦੀਆਂ ਜਿਉਂਦੀਆਂ ਜਗਦੀਆਂ ਉਦਾਹਰਨਾਂ ਹਨ 1857 ਦੀ ਆਜ਼ਾਦੀ ਦੀ ਪਹਿਲੀ ਜੰਗ 1857 ਵਿੱਚ ਅੰਗਰੇਜ਼ੀ ਸਾਮਰਾਜ ਵਿਰੁੱਧ ਆਜ਼ਾਦੀ ਦੀ ਪਹਿਲੀ ਲਹਿਰ ਉੱઠી ਜਿਸ ਵਿੱਚ ਦੇਸ਼ ਦੇ ਫੌਜੀ ਸਪਾਈਆਂ ਅਤੇ ਉਨ੍ਹਾਂ ਦੇ ਆਗੂਆਂ ਬਹਾਦਰ ਸ਼ਾ ਜਫਰ ਰਾਣੀ ਚਾਂਸੀ ਤਾਤੀਆ ਟੋਪੇ ਤੇ ਨਾਨਾ ਸਾਹਿਬ ਆਦ ਨੇ ਦੇਸ਼ ਪਿਆਰ ਦੇ ਰੰਗ ਵਿੱਚ ਰੰਗੇ ਹੋ ਕੇ ਸੰਗਰਾਸ਼ ਕੀਤਾ ਉਹਨਾਂ ਦੀਆਂ ਕੁਰਬਾਨੀਆਂ ਨੇ ਇੱਕ ਵਾਰ ਤਾਂ ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਦੀ ਪਾਦ ਦਿੱਤੀ ਦੇਸ਼ ਵਿੱਚ ਅੰਗਰੇਜ਼ ਦੀ ਗੁਲਾਮੀ ਵਿਰੁੱਧ ਕੋਲ ਇਹ ਸਿੱਖ ਤੋਂ ਮੰਗ ਰਹੋ ਬੰਗਾਲ ਤੋਂ ਪੰਜਾਬ ਦੇ ਬੰਗਾਲ ਤੇ ਪੰਜਾਬ ਦੇ ਬਹੁਤ ਸਾਰੇ ਸੂਰਮਿਆਂ ਨੂੰ ਇਕਾਦੁੱਕਾ ਅੰਗਰੇਜ਼ਾਂ ਨੂੰ ਮਾਰ ਕੇ ਉਹਨਾਂ ਵਿੱਚ ਦਹਿਸ਼ਤ ਪੈਦਾ ਕਰਨ ਦਾ ਕੰਮ ਕੀਤਾ ਪੰਜਾਬ ਵਿੱਚ ਨਾਮਤਾਰੀ ਲਹਿਰ ਦਾ ਕੋਲ ਵੀ ਅੰਗਰੇਜ਼ਾਂ ਦੀ ਗੁਲਾਮੀ ਵਿਰੁੱਧ ਹੀ ਸੀ 755 ਤੋਂ ਮੰਗਰੋਂ ਕਾਂਗਰਸ ਪਾਰਟੀ ਨੇ ਮਹਾਤਮਾ ਗਾਂਧੀ ਅਤੇ ਸ਼੍ਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਭਾਰਤ ਨੂੰ ਅੰਗਰੇਜ਼ਾਂ ਦੇ ਪੰਜੇ ਵਿੱਚੋਂ ਛਡਾਉਣ ਲਈ ਭਾਰੀ ਹਿੱਸਾ ਪਾਇਆ ਇਸ ਤੋਂ ਬਿਨਾ ਅੰਗਰੇਜ਼ਾਂ ਬਾ ਗੁਲਾਮੀ ਤੋਂ ਭਾਰਤ ਨੂੰ ਛਡਾਉਣ ਲਈ ਨੌਜਵਾਨ ਭਾਰਤ ਸਭਾ ਗਦਰ ਲਹਿਰ ਕਰਤਾਰ ਸਿੰਘ ਸਰਾਭਾ ਬਾਬਾ ਮੋਹਨ ਬਾਬਾ ਸੋਹਣ ਸਿੰਘ ਪਾਕਨਾ ਤੇ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਜਿਹੇ ਸਿਰਲੱਥਾਂ ਨੇ ਆਜ਼ਾਦ ਹਿੰਦ ਫੌਜ ਦੇ ਸੁਭਾਸਚੰਦਰ ਬੋਸ ਵਰਗੇ ਮਹਾਨ ਜੋਧਿਆਂ ਨੇ ਦੇਸ਼ ਭਗਤੀ ਦੇ ਜਜ਼ਬੇ ਅਧੀਨ ਦੇਸ਼ ਦੀ ਆਜ਼ਾਦੀ ਦਾ ਜਿਹਾ ਬਿਗੜ বাজਾਇਆ ਕਿ 15 ਅਗਸਤ 1947 ਨੂੰ ਆਪਣਾ ਗੁਲਾਮ ਦੇਸ਼ ਅੰਗਰੇਜ਼ਾਂ ਦੇ ਪੰਜੇ ਵਿੱਚੋਂ ਛੁਡਾ ਲਿਆ ਇਹਨਾਂ ਦੇਸ਼ ਭਗਤਾਂ ਨੇ ਦੇਸ਼ੀ ਆਜ਼ਾਦੀ ਦਾ ਕੋਹਲ ਕਲਦਿਆਂ ਆਪਣੀਆਂ ਜਾਨਾਂ ਜਾਂ ਜਾਇਦਾਦਾਂ ਦੀ ਪਰਵਾਹ ਨਹੀਂ ਕੀਤੀ ਇਨਾਂ ਦੇ ਕੁਰਬਾਨੀਆਂ ਕਰਨ ਕਰਕੇ ਹੀ ਅਸੀਂ ਅੱਜ ਆਜ਼ਾਦ ਦੇਸ਼ ਵਿੱਚ ਰਹਿ ਰਹੇ ਹਾਂ ਆਜ਼ਾਦ ਭਾਰਤ ਵਿੱਚ ਦੇਸ਼ ਭਗਤੀ ਬੱਚੇ ਇਹਦੇ ਵਿੱਚ ਜਿਹੜੀਆਂ ਮਿਸਟੇਕਾਂ ਨੇ ਉਹਨਾਂ ਨੂੰ ਤੁਸੀਂ ਮੜਾ ਜਾ ਸਮਝਣੇ ਦੇਸ਼ ਭਗਤੀ ਅੱਜ ਹਿੰਦੁਸਤਾਨ ਆਜ਼ਾਦ ਹੋ ਚੁੱਕਾ ਹੈ ਇਸ ਵਿੱਚ ਲੋਕ ਰਾਜ ਸਥਾਪਿਤ ਹੋਇਆ ਹੈ ਹੁਣ ਭਾਰਤ ਵਿੱਚ ਲੋਕ ਰਾਜ ਦੀਆਂ ਨੀਹਾਂ ਮਜ਼ਬੂਤ ਰੱਖਣ ਲਈ ਜਿੱਥੇ ਦੇਸ਼ ਦੇ ਬੈਰੀ ਚੀਨ ਅਤੇ ਪਾਕਿਸਤਾਨ ਦੇ ਦੰਦ ਪੰਨਣ ਲਈ ਤਿਆਰ ਰਹਿਣਾ ਚਾਹੀਦਾ ਹੈ ਉੱਥੇ ਸਮਾਜਿਕ ਅਤੇ ਆਰਥਿਕ ਉન્નਤੀ ਕਰਨ ਲਈ ਉਦਮ ਪ੍ਰਦਾਨ ਕਰਨ ਉਦਮ ਕਰਨ ਦੀ ਵੀ ਲੋੜ ਹੈ ਦੇਸ਼ ਵਿੱਚੋਂ ਭੁੱਖ ਨੰਗ ਮਹਿੰਗਾਈ ਬੇਕਾਰੀ ਮੰਦਹਾਲੀ ਕ腐ਸ਼ਨ ਵਾਧੀ ਹੋਈ ਆਬਾਦੀ ਅਨਨ ਦੀ ਥੋੜਾ ਅਨਪੜਤਾ ਤੇ ਫਿਰਕਾ ਪ੍ਰਸਤੀ ਨੂੰ ਖਤਮ ਕਰਨ ਲਈ ਕੋਲ ਅਤੇ ਮਿਹਨਤ ਕਰਨ ਦੀ ਵੀ ਲੋੜ ਹੈ ਇਹ ਕੋਲ ਕਰਨਾ ਹੀ ਇੱਕ ਮਹਾਨ ਮਹਾਨਤਾ ਦੇਸ਼ ਭਗਤੀ ਹੈ ਸਾਡੀ ਆਜ਼ਾਦੀ ਦਾ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਸਾਨੂੰ ਇਹ ਸਬਕ ਦਿੰਦਾ ਹੈ ਜਿਸਨੇ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਦਿੱਤਾ ਸੀ ਕਿ ਸਾਨੂੰ ਇਸ ਵਿੱਚੋਂ ਭੁੱਖ ਨੰਗ ਗਰੀਬੀ ਤੋਂ ਪ੍ਰਿਸ਼ਟਾਚਾਰ ਵਰਗੀਆਂ ਲਾਂਤਾਂ ਦਾ ਖਾਤਮਾ ਕਰਨ ਲਈ ਅਜਿਹਾ ਹੀ ਕੋਲ ਕਰਨਾ ਪਵੇਗਾ ਅੰਤਰਰਾਸ਼ਟਰੀਵਾਦ ਪਰ ਅੱਜ ਦੇ ਜਮਾਨੇ ਵਿੱਚ ਦੇਸ਼ ਭਗਤੀ ਨੂੰ ਤੰਗ ਦਿੱਲੀ ਵੀ ਸਮਝਿਆ ਜਾਂਦਾ ਹੈ ਇਸ ਦੇ ਅੱਜ ਦੇ ਸੰਸਾਰ ਵਿੱਚ ਅੰਤਰਰਾਸ਼ਟਰੀਵਾਦ ਵੱਲ ਵੱਧਣ ਦੇ ਵਿਚਾਰ ਵਧੇਰੇ ਫੁੱਲ ਰਹੇ ਹਨ ਕਿਉਂਕਿ ਅੱਜਕੱਲ ਇਹ ਅਨੁਭਵ ਕੀਤਾ ਜਾ ਰਿਹਾ ਹੈ ਕਿ ਦੇਸ਼ ਭਗਤੀ ਦੇ ਅੰਨੇ ਜਜ਼ਵੀਦਿਨ ਮਨੁੱਖ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਗੁਲਾਮ ਕਰਨ ਉਹਨਾਂ ਨੂੰ ਘਟਿਆ ਸਮਝਦਾ ਤੇ ਮਾਰਨ ਤੋਂ ਸੰਕੋਚ ਨਹੀਂ ਕਰਦੇ ਇਸੇ ਤਰ੍ਹਾਂ ਇਹ ਜਜ਼ਬਾ ਅਤਵਾਦੀ ਹੋ ਕੇ ਸਮੁੱਚੀ ਮਨੁੱਖਤਾ ਲਈ ਖਤਰਨਾਕ ਮੰਨ ਜਾਂਦਾ ਹੈ ਜਿਵੇਂ ਅੰਗਰੇਜ਼ੀ ਕੌਮ ਨੇ ਬਹੁਤ ਸਾਰੇ ਦੇਸ਼ਾਂ ਨੂੰ ਗੁਲਾਮ ਬਣਾਇਆ ਸੀ ਜਾਂ ਅਮਰੀਕਾ ਆਪਣੇ ਫੌਜੀਆਂ ਨੂੰ ਵਿਅਤਨਾਮ ਆਦਿ ਵਿੱਚ ਲੜਾਉਂਦਾ ਰਿਹਾ ਹੈ ਅਜਿਹੀ ਦੇਸ਼ ਭਗਤੀ ਨੂੰ ਗੁਨਾਹ ਅਤੇ ਪਾਪ ਆਖਣਾ ਚਾਹੀਦਾ ਹੈ ਜ਼ਰੂਰੀ ਚੀਜ਼ ਦੇਸ਼ ਭਗਤੀ ਮਨੁੱਖ ਲਈ ਇੱਕ ਬਹੁਤ ਜ਼ਰੂਰੀ ਅਤੇ ਖਾਸ ਲੋੜੀ ਦੀ ਵਸਤੂ ਹੈ ਇਸ ਲਈ ਹੋਣ ਨਾਲ ਹੀ ਦੇਸ਼ ਹਰ ਪੱਖ ਤੋਂ ਤਰੱਕੀ ਕਰ ਸਕਦਾ ਹੈ ਉਸ ਦੀ ਰੱਖਿਆ ਕੀਤੀ ਜਾ ਸਕਦੀ ਹੈ ਧੰਨਵਾਦ